ਕੌਣ ਬਣਾਉਂਦਾ ਪਿਆ? ਆਵੇ ਬਣਨ ਦੇ। ਹਾਂ ਕੋਈ ਨਾ ਕੋਈ ਨਾ, ਚਲੋ ਕੋਈ ਨਾ, ਇੱਥੇ ਹੀ ਆ ਜਾ ਤੂੰ। ਉਹ ਜੀ ਜਿਹੜੇ ਸਾਡੇ ਇੱਧਰ ਨਾਲ ਗੁਆਂਢ ਦਾਰੂ ਦੋਵੇਂ ਜੀ ਬਹੁਤ ਵੇਚਦੇ ਸਾਡੀ ਗਲੀ 'ਚ, ਹਰ ਵੇਲੇ ਲੰਘਣ ਨੂੰ ਰਸਤਾ ਨਹੀਂ ਹੁੰਦਾ, ਬਹੁਤ ਰੱਛ ਹੁੰਦਾ। ਅਤੇ ਮੁੰਡਿਆਂ ਨੇ ਅਸੀਂ ਤਾਂ ਚਲੋ ਨਹੀਂ, ਮੁੰਡਿਆਂ ਨੇ ਬੋਲਿਆ ਉਹਨੂੰ ਵੀ ਤੁਸੀਂ ਦਾਰੂ ਬੰਦ ਕਰ ਦਿਓ ਗਾਹਕਾਂ ਨੂੰ ਆਪਣਿਆਂ ਤੋਂ। ਉਹਦੀ ਘਰ ਵਾਲੀ ਜਿਹੜੀ ਵੀਰਪਾਲ ਕੌਰ ਬਹੁਤ ਗਾਲੀ ਗਲੋਚ ਕਰਦੀ ਰਹੀ ਦੋ ਦਿਨ ਵੀ, ਇਹ ਤਾਂ ਅਸੀਂ ਤਾਂ ਵੇਚਾਂਗੇ ਵੇਚਾਂਗੇ, ਅਸੀਂ ਸਾਡੀ ਦਾਰੂ ਕੋਈ ਨਹੀਂ ਬੰਦ ਕਰਾ ਸਕਦਾ। ਨਜਾਇਜ਼ ਦਾਰੂ ਵੀ ਹੋਰ ਵੀ ਕਈ ਤਰ੍ਹਾਂ ਦਾ ਕੋਈ ਸਮਾਨ ਵੇਚਦਾ, ਕਈ ਤਰ੍ਹਾਂ ਦੇ ਬੰਦੇ ਆਉਂਦੇ ਨੇ ਤਕਰੀਬਨ ਸਾਰਾ ਦੇ ਨਹੀਂ ਆਈ ਜਾਂਦੇ। ਹਾਂਜੀ ਇਹਨਾਂ ਰੋਕਿਆ ਤੇ ਉਸ ਤੋਂ ਬਾਅਦ ਸਾਰਾ ਦਿਨ ਉਹਨਾਂ ਤਕਰੀਬਨ ਆਪਦਾ ਉਹ ਇਕੱਠੇ ਹੋ ਕੇ ਨਾ ਉੱਤੋਂ ਕੋਠੇ ਤੋਂ ਇਹਨਾਂ ਦੇ ਹਮਲਾ ਕਰਤਾ ਭਤੀਜਾ ਮੇਰਿਆਂ ਤੇ, ਜਿਹਨਾਂ ਦੇ ਇਹਨਾਂ ਦੇ ਉੱਤੋਂ ਕੋਠੇ ਟਰੋੜੇ ਚੁਰਾਏ, ਜਦੋਂ ਸੱਟਾਂ ਲੱਗ ਗਈਆਂ ਫਿਰ ਉਹ ਤਾਂ ਫਿਰ ਗੋਲੀਆਂ ਫਾਇਰ ਵੀ ਕੀਤੇ ਬਾਅਦ ਦੇ ਵਿੱਚ ਇਹਦੇ, ਜਦੋਂ ਗੁਰਪ੍ਰੀਤ ਦੇ ਸੱਟ ਲੱਗ ਗਏ ਇਹਨੂੰ ਸਾਰੇ ਹਸਪਿਟਲ ਲੈ ਕੇ ਗਏ, ਚਲੇ ਅਸੀਂ ਕੋਈ ਨਹੀਂ ਘਰੇ ਹੈਗੇ। ਮਗਰੋਂ ਇਹਨੇ ਵੀਰਪਾਲ ਨੇ ਆਪਦੇ ਭਰਾਵਾਂ ਨੂੰ ਸੱਦਿਆ ਤੇ ਉਹ ਅਸਲਾ ਲੈ ਕੇ ਆਏ ਨਾਲ ਅਲਟੋ ਕਾਰ ਤੇ, ਕਾਫੀ ਨਾਲ ਉਹਨਾਂ ਦੇ ਹੋਰ ਵੀ ਬੰਦੇ ਹੈਗੇ ਸੀਗੇ ਜਿਹਨਾਂ ਕੋਲ ਤੇਜ਼ ਹਥਿਆਰ ਸੀਗੇ, ਪਿਸਤੌਲ ਸੀਗੇ, ਉਸੇ ਤਰ੍ਹਾਂ ਕੈਮਰੇ ਫੁਟੇਜ ਦੇ। ਹਾਂ ਪੂਰੀ ਤਰ੍ਹਾਂ ਲੈਸ ਹੋ ਕੇ ਮੇਰੇ ਭਰਾ ਦੇ ਘਰ ਤੇ ਪਹਿਲਾਂ ਛੋਟੇ ਤੇ ਹਮਲਾ ਕੀਤਾ, ਭਤੀਜਾ ਮੇਰਾ ਸੀਗਾ ਉਹਦੇ ਨਾਲ ਕੁੱਟਮਾਰ ਕੀਤੀ, ਉਹਨੂੰ ਫਾਇਰ ਮਾਰਿਆ ਆਪਣੇ ਸਿੱਧਾ, ਇੱਕ ਜਣੇ ਨੇ ਇੱਟ ਮਾਰੀ ਉਹਦੇ ਨਾਲ ਜਿਹਦੇ ਨਾਲ ਉਹਦਾ ਸਿਰ ਪਾੜ ਗਿਆ। ਉਸ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ ਮੇਰੇ ਘਰ ਦੇ ਵਿੱਚੋਂ ਦੀ ਫਾਇਰ ਕਰਦੇ ਹੋਏ, ਇਹਦੇ ਨੂੰ ਇੱਕੀ ਗਲੀ ਦੇ ਵਿੱਚ ਦੋ ਗੇਟ ਲੱਗਦੇ ਨੇ ਮੇਰੇ, ਮੇਰੇ ਵੱਡੇ ਗੇਟ ਦਾ ਦੂਜੀ ਗਲੀ ਥਾਣੀ ਭੱਜ ਗਏ। ਪੁਲਿਸ ਵੱਲੋਂ ਕੋਈ ਨੀ ਫੜੇ, ਉਹ ਵੀ ਅਸੀਂ ਬੜਾ ਜ਼ੋਰ ਦੇ ਕੇ ਪਿੰਡ ਦਾ ਘਰ ਭਰਤੀ, ਸਾਰੇ ਪਿੰਡ ਨੇ ਬਹੁਤ ਇਸ ਗੱਲ ਦਾ ਵਿਰੋਧ ਕੀਤਾ ਵੀ ਜਿਹੜਾ ਇਹਨਾਂ ਪਾਸਿਓ ਬੰਦੇ ਲਿਆ ਕੇ ਇੰਨੀ ਦਹਿਸ਼ਤ ਮਚਾਈ ਆ, ਮੇਰੇ ਘਰ ਵੀ ਫਾਇਰਿੰਗ ਕੀਤੀ ਸਾਰੀ, ਤੇ ਜਿਹੜਾ ਇਹਨਾਂ ਨੇ ਪਿੰਡ ਦੇ ਸਾਰਾ ਨਗਰ ਗਿਆ ਫਿਰ ਜਾ ਕੇ ਮਾਮਲਾ ਬੜੇ ਦਿਨਾਂ ਬਾਅਦ ਕੱਲ ਕੀਤਾ ਦਰਜ। ਹਾਂਜੀ ਇਹ ਕੋਸ਼ਿਸ਼ ਸੀਗੀ ਰਫਾ ਦਫਾ ਕਰਨ ਦੀ। ਹਾਂ ਉਹ ਜਿਹੜਾ ਉਹ ਅੱਗੋਂ ਸਾਨੂੰ ਸੁਣਾ ਦੱਸਦੇ ਵੀ ਉਹਨਾਂ ਦੀ ਸ਼ਾਰਫ ਆ ਗਈ ਹੈ, ਉਹਨਾਂ ਦੀ ਸ਼ਾਰਫ ਆਈ ਹੈ। ਹਾਂ ਵੀ ਉਹਨਾਂ ਦੀ ਸ਼ਾਰਫ ਆ ਗਈ ਆ, ਤੁਹਾਡੇ ਤੇ ਕੋਈ ਨੀ ਸੱਟਾਂ ਨਹੀਂ ਆਈਆਂ, ਉਹਨਾਂ ਦੀ ਸ਼ਾਰਫ ਆ। ਤੇ ਸਾਨੂੰ ਡਰ ਸੀਗਾ ਵੀ ਸਾਡੇ ਤੇ ਨਾ ਕਿਤੇ ਪਰਚਾ ਦਰਜ ਕਰ ਦੇਣ, ਅਸੀਂ ਫਿਰ ਪਿੰਡੋਂ ਬੰਦੇ ਵੀ ਲੈ ਕੇ ਗਏ ਆ ਕਾਫੀ, ਸਾਰਾ ਨਗਰ ਜਨ 100 ਬੰਦਾ ਉੱਥੇ ਕੱਲ ਥਾਣੇ ਗਿਆ, ਥਾਣੇ ਜਾ ਕੇ ਫਿਰ ਉਹਨਾਂ ਨੇ ਪਰਚਾ ਦਰਜ ਕੀਤਾ ਜਿਹਦੇ ਨਾਲ। ਹਾਂਜੀ 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 ਫਰਾਰ ਨੇ ਸਾਰੇ, ਨਜਾਇਜ਼ ਅਸਲਾ ਹਰ ਵੇਲੇ ਸਾਨੂੰ ਖਤਰਾ ਰਹਿੰਦਾ ਉਹਦੇ ਵਿੱਚ। ਉਦੋਂ ਵੇਖੋ ਆਣ ਕੇ ਜੇ ਮਾਤਾ ਸਾਡੀ ਬਾਹਰ ਨਿਕਲੀ ਪਹਿਲਾਂ ਲੜਾਈ ਉਹ ਨਿਕਲੀ ਆ, ਤੇ ਉਹ ਉਹਨਾਂ ਨੂੰ ਵੀਰਪਾਲ ਦੇ ਉਹਨੇ ਘਰ ਵਾਲੇ ਗੋਪੀ ਨੇ ਉਹਨਾਂ ਨੇ ਸੱਟਾ ਸੁੱਟਾ ਲਾ ਤੀਆਂ ਉਹਦੇ, ਹਾਂ ਵੀ ਲੱਤ ਤੇ ਜਿਹੜਾ ਪੱਟ ਦਾ ਹੱਡੀ ਟੁੱਟ ਗਈ ਉਹਨਾਂ ਦੀ। ਇਹ ਗੁਰਪਾਲ ਸਿੰਘ ਹੁਣਾਂ ਵੱਲੋਂ ਗੁਰੂਨਗਰ ਦੀ ਕੀਤੀ ਗਈ। ਇਹ ਸ਼ਰਾਬ ਵੇਚਦੇ ਸੀ, ਅਸੀਂ ਇਹਨੂੰ ਕਹਿੰਦੇ ਸੀ ਸਾਡੇ ਘਰ ਆ ਦੋ ਜੀ, ਤੁਸੀਂ ਸ਼ਰਾਬ ਨਾ ਇੱਥੇ ਵੇਚੋ, ਅਤੇ ਇੰਨੇ 'ਚ ਅਸੀਂ ਕਹਿ ਕੇ ਗਏ ਚਲੇ ਜੀ। ਉਦੋਂ ਬਾਅਦ ਗੁਰਪਾਲ ਨੇ ਆਪਦੇ ਭਰਾ ਨੂੰ ਬੁਲਾ ਲਿਆ ਅਤੇ ਗਾਲਾਂ ਕੱਢਣ ਲੱਗ ਪਿਆ ਜੀ।
ਪ੍ਰਗਟ ਸਿੰਘ, ਇਕਬਾਲ ਅਤੇ ਅੱਪੂ ਜੀ ਇਹ ਆਏ ਆ। ਇਕਬਾਲ ਕੋਲ ਪਿਸਟਲ ਸੀ, ਉੱਪਰ ਫਾਇਰ ਕਰਨ ਲੱਗ ਪਿਆ ਭਾਈ, ਅਤੇ ਪ੍ਰਗਟ ਹੁਣ ਇੱਟਾਂ ਮਾਰਨ ਲੱਗ ਪਈ, ਉਹ ਇੱਟ ਮੇਰੇ ਵੀ ਸਿਰ ਦੇ ਵਿੱਚ ਲੱਗੀ ਆ। ਉਦੋਂ ਬਾਅਦ ਇਹ ਚੁੱਪ ਕਰਕੇ ਸ਼ਾਂਤ ਕਰਕੇ ਬਹਿ ਗਏ ਜੀ। ਅਸੀਂ ਇਹ ਲੈ ਗਏ ਮੈਨੂੰ ਮੇਰੇ ਭਰਾ ਹੋਣੀ ਹੋਸਪਿਟਲ ਹੀ। ਉਦੋਂ ਬਾਅਦ ਇਹਨੇ ਗੋਪੀ ਨੇ ਆਪਦੇ ਸਾਲੇ ਬੁਲਾਏ ਆ ਜੀ, ਆਪਦੇ ਸਾਲਿਆਂ ਨੂੰ ਬੁਲਾ ਕੇ ਸਾਡੇ ਘਰੇ ਹਵਾਈ ਫਾਇਰ ਕੀਤੇ, ਜਿਹਦੇ ਵਿੱਚ ਘਰਾਂ 'ਚ ਸਾਡੇ ਮਾਰੇ ਸੁਖਜੀਤ ਸਿੰਘ ਮੇਰਾ ਭਰਾ ਉਹਦੇ ਸਿਰ 'ਚ ਲੱਗੇ ਆ ਜੀ, ਠੀਕ ਹੈ ਜੀ। ਉਦੋਂ ਬਾਅਦ ਮੇਰੀ ਦਾਦੀ ਰਾਹ 'ਚ ਉਹਨਾਂ ਨੂੰ ਪੁੱਛਣ ਲੱਗੀ ਕੀ ਗੱਲ ਆ ਜੀ, ਵੀਰਪਾਲ ਨੇ ਅਤੇ ਗੁਰਪਾਲ ਸਿੰਘ ਨੇ ਉਹਨਾਂ ਨੂੰ ਸੱਟ ਕੇ ਕੁੱਟਿਆ ਉੱਤੋਂ ਫਿਰ, ਅਤੇ ਉਹਦੇ ਭਰਾ ਗੋਪੀ ਦੇ ਸਾਲੇ ਆ ਜੀ ਜਿਹੜੇ ਸੁੱਖਾ ਅਤੇ ਰਾਜੂ, ਇਹਨਾਂ ਨੇ ਫਾਇਰ ਕੀਤੀ ਆ ਜੀ ਸਾਡੇ ਘਰੇ। ਬੜੀ ਗੁੰਡਾਗਰਦੀ ਕੀਤੀ ਜੀ, ਸਾਡੇ ਘਰੇ ਤੱਕ ਵੜ ਗਏ ਜੀ। ਹਾਂਜੀ, ਸ਼ਰੇਆਮ ਗੁੰਡਾਗਰਦੀ ਕੀਤੀ ਹੈ ਜੀ। ਹਾਂਜੀ, ਕੈਮਰਿਆਂ ਦੀ ਵੀਡੀਓ ਹੈਗੀ ਹੈ ਜੀ, ਅਤੇ ਦਾਦੀ ਦੇ ਸੱਟ ਬਹੁਤ ਜ਼ਿਆਦਾ ਲੱਗੀ ਹੈ। ਹਾਂਜੀ, ਇੱਟਾਂ ਰੋੜੇ ਚਲਾਏ ਜੀ। ਹਾਂਜੀ, ਖੋਲ ਵੀ ਮਿਲੇ ਆ ਜੀ, ਫਾਇਰ ਕੀਤੇ ਉਹ ਸਾਡੇ ਘਰੇ ਸਾਹਮਣੇ। ਹਾਂਜੀ, ਸਿੱਧੀਆਂ ਮਾਰੀਆਂ ਜੀ, ਇਹ ਤੇ ਸਾਡੇ ਘਰੇ ਕੋਈ ਵੀ ਨਹੀਂ ਸੀਗਾ ਜੀ, ਬਿਲਕੁਲ ਗਵਾਂਢੀ ਆ ਜੀ ਸਾਡੇ ਘਰ ਦੇ, ਦੋ ਘਰ ਆ ਜੀ ਨਾਲ ਦਾਰੂ ਵੇਚਦੇ ਆ ਜੀ। ਹਾਂਜੀ, ਸ਼ਰਾਬ ਵੇਚਣ ਤੋਂ ਰੋਕਿਆ ਜੀ, ਇਹਨਾਂ ਨੇ ਕੁੱਟਮਾਰ ਕੀਤੀ ਹੈ। ਹਾਂਜੀ, ਕਾਰਵਾਈ ਹੋਣੀ ਚਾਹੀਦੀ ਹੈ ਜੀ, ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਪਿਸਟਲ ਬਰਾਮਦ ਹੋਣੇ ਚਾਹੀਦੇ, ਪਿਸਟਲ ਲੈ ਕੇ ਆਏ ਆ ਜੀ, ਸੁੱਖਾ ਨਹੀਂ ਹਾਲੇ ਨਹੀਂ ਫੜੇ ਜੀ।